ਤਪਾ ਮੰਡੀ ਦੇ ਨੇੜਲੇ ਪਿੰਡ ਜੇਠੂਗੇ ਤੋਂ ਇੱਕ ਬੇਹੱਦ ਹੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਪਿੰਡ ਦੇ ਹੀ 3 ਵਿਅਕਤੀਆਂ ਨੇ ਇੱਕ ਅਪਾਹਜ ਵਿਅਕਤੀ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ। ਦਰਅਸਲ ਮੋਹਿੰਦਰ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਦਿਨੀ ਆਪਣੇ ਖੇਤਾਂ ਵਿੱਚ ਬੂਟਿਆਂ ਨੂੰ ਪਾਣੀ ਦੇਣ ਗਿਆ ਸੀ। ਨਾਲ ਲੱਗਦੇ ਖੇਤ ਦੇ 3 ਵਿਅਕਤੀਆਂ ਨੇ ਉਸਨੂੰ ਬਿਨਾਂ ਵਜ੍ਹਾ ਮਾਰਨਾ ਸ਼ੁਰੂ ਕਰ ਦਿੱਤਾ ਅਤੇ ਉਸ ਨਾਲ ਬਦਤਮੀਜ਼ੀ ਵੀ ਕੀਤੀ। ਪੀੜਤ ਨੇ ਦੱਸਿਆ ਕਿ ਉਸਨੇ ਆਪਣੀ ਜ਼ਮੀਨ ਠੇਕੇ 'ਤੇ ਦਿੱਤੀ ਹੋਈ ਹੈ ਅਤੇ ਨਾਲ ਲੱਗਦੇ ਖੇਤਾਂ ਦੇ ਕਿਸਾਨਾਂ ਨੇ ਉਸਦੀ ਜ਼ਮੀਨ ਦੱਬਣ ਦੀ ਨੀਅਤ ਨਾਲ ਖੇਤ ਦੀ ਵੱਟ ਵੀ ਵੱਢ ਦਿੱਤੀ ਅਤੇ ਦਰਖਤ ਵੀ ਪੱਟ ਦਿੱਤੇ। ਹੋਰ ਤਾਂ ਹੋਰ 3 ਵਿਅਕਤੀਆਂ ਵੱਲੋਂ ਮੋਹਿੰਦਰ ਨੂੰ ਚੁੱਕ ਕੇ ਨਾਲ ਲੱਗਦੀ ਰੇਲ ਲਾਈਨ 'ਤੇ ਸੁੱਟਣ ਦੀ ਵੀ ਧਮਕੀ ਦਿੱਤੀ ਗਈ ਅਤੇ ਕਿਹਾ ਗਿਆ ਕਿ ਉਸ ਦੇ ਕਤਲ ਨੂੰ ਖੁਦਕੁਸ਼ੀ ਦਾ ਮਾਮਲਾ ਬਣਾ ਦੇਣਗੇ। ਪੀੜਤ ਵਿਅਕਤੀ ਨੇ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਪਰ ਕੋਈ ਕਾਰਵਾਈ ਨਹੀਂ ਹੋਈ। ਇੱਥੋਂ ਤੱਕ ਕਿ ਇਹਨਾਂ ਵਿਅਕਤੀਆਂ ਨੇ ਪਹਿਲਾਂ ਵੀ ਉਸਦੇ ਪਿਤਾ ਦੀ ਬਾਂਹ ਤੋੜ ਦਿੱਤੀ ਸੀ। ਹੁਣ ਪੀੜਤ ਨੇ ਕੈਪਟਨ ਸਰਕਾਰ ਅਤੇ DIG ਪੰਜਾਬ ਸਾਹਮਣੇ ਇਨਸਾਫ ਦੀ ਗੁਹਾਰ ਲਗਾਈ ਹੈ। ਇੱਥੇ ਗੇੜਾ ਮਾਰਨਾ ਆਈ ਆਪਣੇ ਖੇਤ 'ਚ ਅਤੇ ਕਿਉਂਕਿ ਮੇਰੇ ਪੌਦੇ ਪੁੱਦੇ ਲਾਏ ਹੋਏ, ਪਾਣੀ ਪੂਣੀ ਪਾਉਣਾ ਹੁੰਦਾ, ਨਾਲੇ ਖੇਤੀ ਵੀ ਕਰਦਾ, ਨਾਲੇ ਦੁਕਾਨ ਕਰ, ਅਤੇ ਮੇਰੀ ਇਹਨਾਂ 3 ਬੰਦੇ ਨੇ ਮਾਰਕੁੱਟ ਕੀਤੀ ਜੀ। ਅਤੇ ਇੱਕ ਗੁਰਲਾਲ ਸਿੰਘ ਆ ਜੀ, ਇੱਕ ਮਨਜੀਤ ਸਿੰਘ, ਇੱਕ ਰਾਜਪਾਲ। ਇਹ ਮੈਨੂੰ ਕਹਿੰਦੇ ਇੱਦੋਂ ਮੁੜ ਕੇ ਇੱਥੇ ਆਇਆ, ਤੈਨੂੰ ਮਾਰ ਕੇ ਲੈਣ ਗੱਡੀ ਲੈਣ ਥੱਲੇ ਸਿੱਟ ਦਿਆਂਗੇ, ਇੱਥੇ ਨਾ ਹੀ ਤੂੰ। ਮੈਂ ਕਿਹਾ ਮੇਰਾ ਖੇਤ ਆ, ਮੈਂ ਤਾਂ ਹੂੰਗਾ ਭਾਈ। ਅਤੇ ਉਦੋਂ ਬਾਅਦ ਮੈਨੂੰ ਬਹੁਤ ਕੁੱਟਿਆ ਜੀ, ਅਤੇ ਕੁੱਟ ਕੇ ਮੇਰਾ ਉੱਚਾ ਸੁਣਨ ਲੱਗ ਗਿਆ ਜੀ, ਮੇਰਾ ਕਰਨ 'ਤੇ ਪੜਦਾ ਪਾੜ ਕੇ ਲੱਗਦਾ ਮੈਨੂੰ। ਅਤੇ ਪੁਲਿਸ ਨੂੰ ਰਿਪੋਰਟ ਕਰੀ, 31 ਤਰੀਕ ਨੂੰ ਲਿਖਾਈ ਸੀ ਜੀ, ਅੱਜ 2 ਹੋ ਗਈ, ਕਿਸੇ ਨੇ ਨਹੀਂ ਮੇਰੀ ਸੁਣਵਾਈ ਕਰੀ। ਕਾਰਵਾਈ ਕਰਨੀ ਚਾਹੀਦੀ, ਧਮਕੀਆਂ ਦਿੰਦੇ ਆ, ਕਹਿੰਦੇ ਤੂੰ ਕਰ ਲੈ ਜਿਹੜਾ ਕੁਛ ਕਰ ਲੈ, ਵਗ ਜਾ ਜਿੱਥੇ ਜਾਣਾ। ਮੈਂ ਕਿੱਥੇ ਜਾਵਾਂ ਜੀ, ਮੇਰੀ ਕੋਈ ਨਹੀਂ ਸੁਣਦਾ। ਬਸ ਆਹੀ, ਮੈਂ ਹੈਂਡੀਕੈਪਟ ਵਿਅਕਤੀ ਹਾਂ ਜੀ, ਇਹਨਾਂ ਕਾਰਵਾਈ ਕੀਤੀ ਜਾਵੇ ਜੀ। ਮੈਨੂੰ ਧਮਕੀਆਂ ਦਿੰਦੇ ਆ, ਕਹਿੰਦੇ ਜੇ ਖੇਤ 'ਚ ਵੜਿਆ ਤੈਨੂੰ ਜਾਨੋਂ ਮਾਰ ਦੇ, ਇਹਨਾਂ 'ਤੇ ਕਾਰਵਾਈ ਹੋਣੀ ਚਾਹੀਦੀ ਹੈ ਜੀ। ਨਾਲੇ ਇੱਕ ਹੋਰ ਗੱਲ ਆ ਜੀ, ਵੇਖ ਲਓ ਵੱਟਾਂ ਨਜਾਇਜ਼ ਵੱਢਦੇ ਮੇਰੀਆਂ। ਆਹ ਦਰੱਖਤ ਵੇਖ ਲਓ ਮੇਰੇ ਲਾਏ ਹੋਏ ਸੀ ਬਾਪੂ ਦੇ, ਅਤੇ ਵੱਟਾਂ ਕਿੱਧਰ ਨੂੰ ਜਾਂਦੀਆਂ ਜੀ, ਇੱਧਰਲੇ ਪਹੀ ਵਾਲੀ ਵੱਟ ਕਿੱਧਰ ਨੂੰ ਜਾਂਦੀ ਹੈ ਜੀ। ਬਸ ਇਹਨਾਂ ਦੀ ਨੀਤੀ ਹੈ ਜੀ ਵੀ ਇਹਦੀ ਜ਼ਮੀਨ ਹੜੱਪੀਏ, ਇਹਨੂੰ ਮਾਰ ਦਈਏ। ਬਸ ਮੇਰੇ ਸੋਚਣਾ ਚਾਹੀਦਾ ਜੀ। ਪਹਿਲਾਂ ਮੇਰੇ ਡੈਡੀ ਦਾ ਨਿੰਮ ਲਾਇਆ ਹੋਇਆ ਸੀ ਜੀ, ਉਹ ਇਹਨਾਂ ਨੇ ਪੱਟਤਾ ਸੀ, ਨਾਲੇ ਮੇਰੇ ਡੈਡੀ ਨੇ ਬੋਲਿਆ ਤਾਂ ਉਹਦੀ ਬਾਂਹ ਤੋੜਤੀ, ਉਹ ਵੀ ਵਿਚਾਰਾ ਮੰਜੇ 'ਚ ਘਰੋਂ ਬਾਹਰ ਨਹੀਂ ਨਿਕਲਦਾ ਜੀ, ਮੱਦਬੰਦੀ ਬਣਾਇਆ ਪਿਆ ਇਹਨਾਂ ਨੇ ਕੁੱਟ ਕੁੱਟ ਕੇ ਪਹਿਲਾਂ ਗੱਲ ਹੋਈ ਸੀ। ਉੱਧਰ ਸਾਡੀ ਟੀਮ ਨੇ ਜਦੋਂ ਪੁਲਿਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਆਪਣੀ ਨਲਾਇਕੀ ਲੁਕਾਉਣ ਲਈ ਕੋਈ ਵੀ ਮੀਡੀਆ ਅੱਗੇ ਬੋਲਣ ਨੂੰ ਤਿਆਰ ਨਹੀਂ ਹੋਇਆ ਅਤੇ ਜਦੋਂ ਕੁੱਟਮਾਰ ਕਰਨ ਵਾਲੇ ਕਿਸਾਨਾਂ ਦਾ ਵੀ ਪੱਖ ਜਾਣਨਾ ਚਾਹਿਆ ਤਾਂ ਉਹਨਾਂ ਨੇ ਵੀ ਕੈਮਰੇ ਅੱਗੇ ਆਉਣ ਤੋਂ ਇਨਕਾਰ ਕਰ ਦਿੱਤਾ। ਜ਼ਿਕਰਯੋਗ ਇਹ ਵੀ ਹੈ ਕਿ ਕੁੱਟਮਾਰ ਦਾ ਸ਼ਿਕਾਰ ਹੋਏ ਪੀੜਤ ਮੋਹਿੰਦਰ ਸਿੰਘ ਪਿੰਡ ਦੇ ਹਰ ਇੱਕ ਸਾਂਝੇ ਸਮਾਜ ਸੇਵੀ ਕੰਮਾਂ ਵਿੱਚ ਆਪਣਾ ਵਿਸ਼ੇਸ਼ ਸਹਿਯੋਗ ਦਿੰਦੇ ਨੇ ਅਤੇ ਵਾਤਾਵਰਣ ਸੰਭਾਲ ਲਈ ਸੈਂਕੜੇ ਬੂਟੇ ਵੀ ਲਾ ਚੁੱਕੇ ਨੇ। ਪਰ ਸਵਾਲ ਇਹ ਉੱਠਦਾ ਹੈ ਕਿ ਜੇਕਰ ਅਪਾਹਜ ਵਿਅਕਤੀ ਹੀ ਸੁਰੱਖਿਅਤ ਨਹੀਂ ਤਾਂ ਆਮ ਨਾਗਰਿਕ ਕਿੱਥੇ ਜਾਵੇਗਾ। ਤਪਾ ਮੰਡੀ ਤੋਂ ਧਰਮਿੰਦਰ ਸਿੰਘ ਧਾਲੀਵਾਲ ਦੀ ਰਿਪੋਰਟ, ਡੇਲੀ ਪੋਸਟ ਪੰਜਾਬੀ। ਸਤਿ ਸ਼੍ਰੀ ਅਕਾਲ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ 'ਤੇ ਜਾਣਾ ਚਾਹੁੰਦੇ ਹੋ ਤਾਂ ਜਨਵਰੀ 2020 ਦੇ ਦਾਖਲੇ ਖੁੱਲ੍ਹ ਚੁੱਕੇ ਹਨ। ਯੂਨੋ SDS, non-SDS, ਯੂਨੀਵਰਸਿਟੀ ਪ੍ਰਣਾਲੀ ਦੇ ਅੰਦਰ ਤੁਸੀਂ ਜਨਵਰੀ ਸੈਸ਼ਨ ਦੇ ਲਈ ਦਾਖਲਾ ਲੈ ਕੇ ਟਾਈਮ ਸਿਰ ਆਪਣਾ ਵੀਜ਼ਾ ਫਾਈਲ ਕਰ ਸਕਦੇ ਹੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰ ਸਕਦੇ ਹੋ।